ਹੈਲੋ, ਮੈਂ ਚੌਧਰੀ ਹੀ ਰਜਿੰਦਰ ਨਿੱਜਰ ਹੈਗਾ। ਚੌਧਰੀ ਜਿਹੜਾ ਹੈਗਾ ਜੱਟਾਂ ਦਾ ਹੈਗਾ, ਤਖਲਸ ਹੈਗਾ ਜਿਹਦਾ, ਖੱਤਰੀਆਂ ਦਾ ਲਾਲਾ ਹੈਗਾ। ਸਤਿਗੁਰੂ ਨਾਨਕ ਦੇਵ ਜੀ ਲਾਲੇ ਸਨ ਅਤੇ ਸਾਰੇ ਜਿਹੜੇ ਜੋਤਾਂ ਹੋਈਆਂ ਉਹ ਵੀ ਲਾਲਿਆਂ ਦੇ, ਖੱਤਰੀਆਂ ਦੇ ਘਰ ਪੈਦਾ ਹੋਏ ਨੇ। ਅਤੇ ਮੈਂ ਬਾਣੀ ਦਾ ਵਿਆਖਿਆ ਕਰਦਾ ਹੈਗਾ। ਅਤੇ ਹੋਰ, ਪਹਿਲਾਂ ਤੁਸੀਂ ਆਪਣੇ ਬ੍ਰਹਮ ਕੇ ਬੇਟੇ ਬਣੋ, ਫਿਰ ਤੁਹਾਨੂੰ ਪਛਾਣ ਆਏਗੀ ਇਹਦੀ ਬਾਣੀ ਦੀ। ਯਾਨੀ ਕਿ ਪਹਿਲਾਂ ਆਪਣੇ ਦੁਨਿਆਵੀ ਪਿਓ ਨੂੰ ਪਛਾਣੋ, ਫਿਰ ਤੁਹਾਨੂੰ ਰੂਹਾਨੀ ਪਿਓ ਦਾ ਪਤਾ ਲੱਗੇਗਾ। ਇੱਥੇ ਮੈਂ ਕਰ ਰਹੇਗਾ ਬਾਣੀ ਸੋਰਠ ਮਹੱਲਾ ਪੰਜਵਾਂ। ਸਤਿਗੁਰੂ ਅਰਜਨ ਦੇਵ ਜੀ ਜਿਹੜੇ ਕਿ ਅਕਾਲ ਪੁਰਖ ਨਾਲ ਇੱਕ ਮਿੱਕ ਸਨ, ਇਹ ਚੌਥੀ ਬਿਰਤੀ ਦੇ ਸਿੱਖ ਸਨ। ਅਤੇ ਇਹ ਜਦੋਂ ਚੌਥੀ ਬਿਰਤੀ 'ਚ ਆਦਮੀ ਬੋਲਦਾ ਹੈਗਾ, ਫਿਰ ਆਦਮੀ ਉਹਦਾ ਸਪੋਕਸਮੈਨ ਬਣ ਜਾਂਦਾ ਹੈਗਾ ਅਕਾਲ ਪੁਰਖ ਦਾ। ਜੋ ਕਹਿੰਦਾ ਹੈਗਾ ਉਹੀ ਉਹ ਕਰਦਾ ਹੈਗਾ, ਯਾਨੀ ਆਪਣੀ ਉਹਦੀ ਅਕਲ ਕੁਛ ਨਹੀਂ ਚੱਲਦੀ। ਜਿੱਦਾਂ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਨਾ, ਜੈਸੇ ਆਏ ਖਸਮ ਪੀ ਬਾਣੀ ਤੈਸਾ ਕਰੋ ਮੈਂ, ਗਿਆਨ ਵੇਲਾ ਲਓ। ਅਤੇ ਇਹ ਹੈਗਾ ਗਿਆਨ ਜਿਹੜਾ ਹੈਗਾ ਉਹ ਇਹ ਖਸਮ ਦੀ ਬਾਣੀ ਬੋਲ ਰਹੇ ਨੇ, ਆਪ ਨਹੀਂ ਕੁਛ ਜਾਣਦੇ। ਇਹਦਾ ਮੈਂ ਪਹਿਲਾਂ ਦੱਸਿਆ ਸੀ ਤੁਹਾਨੂੰ, ਜਿਹੜੇ ਚੌਥੀ ਬਿਰਤੀ ਦੇ ਲੋਕ ਹੁੰਦੇ ਨੇ, ਇੰਨਾ ਹੁੰਦਾ ਸਹਿਨਸਿਆਂ ਪਰ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ। ਗਏ ਬਹੁੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਗਈ ਬਹੁੜ ਜਿਹੜਾ ਸੀ ਨਾ ਖਜ਼ਾਨਾ, ਜਿਹਦਾ ਅਸੀਂ ਆਏ ਆਤਮਿਕ ਜੀਵਨ ਦਾ ਖਜ਼ਾਨਾ, ਪੂੰਜੀ ਜਿਹੜੀ ਹੈਗੀ ਉਹ ਅਸੀਂ ਗੁਆਚੀ ਗਈ ਹੈਗੀ, ਸਾਡੀ ਗੁਆਚੀ ਹੋਈ ਹੈਗੀ। ਅਤੇ ਉਹ ਫਿਰ ਬੰਦੀ ਛੋੜ, ਯਾਨੀ ਕਿ ਉਹ ਉਸ ਨੂੰ ਪਾਉਣ ਲਈ ਫਿਰ ਇਹ ਜਿਹੜੇ ਵਿਕਾਰਾਂ ਦੇ ਕੰਮ ਹੈਗੇ, ਬੰਦੀ ਛੋੜ ਜਿਹੜੇ ਕੰਮ ਅਸੀਂ ਕਰਦੇ ਹਾਂ ਉਹ ਛੱਡ ਕੇ, ਅਤੇ ਫਿਰ ਨਿਰੰਕਾਰੀ ਦੁੱਖਦਾਰੀ, ਫਿਰ ਆਪਾਂ ਸਤਿਗੁਰੂ ਅਕਾਲ ਪੁਰਖ ਦੇ ਸਪੁਰਦ ਕਰ ਦੇਈਦਾ ਹੈਗਾ। ਅਤੇ ਉਹ ਸਾਡੀ ਦੁੱਖਦਾਰੀ ਦਾ ਹੈਗਾ ਵੀ ਉਹ ਸਾਡੇ ਦੁੱਖਾਂ ਦਾ ਆਸਰਾ ਹੈਗਾ। ਜਿਹੜੇ ਆਦਮੀ ਭਗਤ ਹੁੰਦੇ ਨੇ ਉਹ ਇਸ ਦੁਨੀਆ 'ਚ ਦੁੱਖ ਪਾਉਂਦੇ ਨੇ, ਅਤੇ ਉਹਨਾਂ ਦਾ ਜਿਹੜਾ ਆਸਰਾ ਹੁੰਦਾ ਫਿਰ ਉਹ ਨਿਰੰਕਾਰ ਹੀ ਅਕਾਲ ਪੁਰਖ ਹੁੰਦਾ। ਔਰ ਦੁਨੀਆ ਨਹੀਂ ਉਹਦਾ ਸਾਥ ਦਿੰਦੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆਦਾਰੀ। ਮੈਂ ਕੁਛ ਨਹੀਂ ਜਾਣਦਾ, ਨਾ ਮੈਂ ਜਾਣਦਾ ਵੀ ਕਿੱਦਾਂ ਦੇ ਕੰਮ ਕਰਾਂ, ਜਾਂ ਮੇਰਾ ਧਰਮ ਕੀ ਹੈਗਾ ਉਹ ਵੀ ਨਹੀਂ ਮੈਨੂੰ ਪਤਾ। ਨਾ ਜਾਣਾ ਲੋਭੀ ਮਾਇਆਦਾਰੀ, ਜਿਹੜਾ ਮਨ ਮੇਰਾ ਹੈਗਾ ਉਹ ਤਾਂ ਲੋਭਾਂ 'ਚ ਫਸ ਗਿਆ ਹੈਗਾ। ਅਤੇ ਇਹਨੂੰ ਕਿੱਦਾਂ ਕੱਢਾਂਗੇ? ਨਾਮ ਭਰੀਓ ਭਗਤ ਗੋਬਿੰਦ ਕਾ, ਨਾਮ ਭਰੀਓ। ਜਦੋਂ ਮੈਂ ਗੋਬਿੰਦ ਦੇ ਭਗਤ ਦਾ ਨਾਮ ਮੈਂ ਲੈਣਾ ਸ਼ੁਰੂ ਕੀਤਾ, ਕਾ ਇਹ ਰਾਖੋ ਪੈ ਜਿਤ ਮਾਰੀ।
ਤੇ ਇਹ ਜਿਹੜਾ ਨਾਮ ਹੈਗਾ ਇਹ ਫਿਰ ਸਾਡੀ ਫੈਜ ਇੱਜ਼ਤ ਰੱਖਦਾ ਹੈਗਾ। ਹੋਰ ਨਹੀਂ ਕਿਸੇ ਨੇ ਦੁਨਿਆਵੀ ਜਿਹੜੇ ਨੇ ਉਹਨਾਂ ਨਾਲ ਨਹੀਂ ਬਣਦੀ ਇੱਜ਼ਤ, ਉਹਦੇ ਨਾਮ ਨਾਲ ਬਣਦੀ ਹੈਗੀ। ਹਰ ਜੀਓ ਨਿਮਾਣਿਆ ਤੂੰ ਮਾਨ, ਹਰ ਜੀਓ ਅਕਾਲ ਪੁਰਖ, ਇਹ ਹਰ ਹੈਗਾ ਹਰੀ ਨਹੀਂ ਹੈਗਾ। ਹਰੀ ਓਮ ਸ਼ਾਂਤੀ ਹੁੰਦੀ, ਹਰ ਹੁੰਦਾ ਜਿਹੜਾ ਅੰਦਰ ਹੈਗਾ ਰਮ ਰਿਹਾ ਰਾਮ। ਹਰ ਜੀਓ ਨਿਮਾਣਿਆ ਤੂੰ, ਜਿਹੜੇ ਜਿਨ੍ਹਾਂ ਦਾ ਕੋਈ ਮਾਨ ਨਹੀਂ ਹੈਗਾ, ਲੋਕੀ ਕਰਦੇ, ਲੋਕੀ ਉਹਨੂੰ ਕਹਿੰਦੇ ਐਵੇਂ ਨਿਕੰਮਾ ਨੀਚਾ ਹੈਗਾ ਇਹੋ, ਤੂੰ ਮਾਨ ਹੈਗਾ ਕਰਦਾ, ਉਹਨਾਂ ਦਾ ਇੱਜ਼ਤ ਕਰਦਾ ਹੈਗਾ, ਅਤੇ ਤੇਰੇ 'ਤੇ ਸਾਨੂੰ ਮਾਨ ਹੈਗਾ। ਨਿਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਨਿਚੀਜਿਆਂ ਜਿਹੜੀ ਕਿ ਨਿਕੰਮੀ ਚੀਜ਼ ਹੁੰਦੀ ਨਾ, ਜਿੱਦਾਂ ਕਹਿੰਦੇ ਇਹਨੂੰ ਇਹ ਕੀ ਹੈਗਾ, ਐਵੇਂ ਹੈਗਾ ਇਹ ਆਦਮੀ। ਅੱਜ ਕੱਲ੍ਹ ਜਿਹੜੇ ਨਾ ਜਿੰਨੇ ਚੁਸ ਚਲਾ ਕੇ ਗਏ ਨੇ, ਬੇਈਮਾਨੀਆਂ ਕਰਦੇ ਨੇ, ਉਹ ਉੱਪਰ ਚਲੇ ਜਾਂਦੇ ਨੇ। ਜਿਹੜੇ ਹੁੰਦੇ ਨੇ ਸਾਫ਼ ਦਿਲ ਹੁੰਦੇ ਨੇ, ਉਹ ਥੱਲੇ ਰਹਿੰਦੇ ਨੇ, ਅਤੇ ਉਹ ਜਿਹੜੀ ਮਾਇਆਧਾਰੀ ਹੁੰਦੀ, ਉਹ ਕਹਿੰਦੇ ਇਹ ਕੀ ਗਰੀਬ ਜਿਹਾ ਹੈਗਾ। ਅਤੇ ਇਸ ਕਰਕੇ ਚੀਜ਼ਾਂ ਚੀਜ਼ ਕਰੇ ਤੂੰ ਉਹਨਾਂ ਜਿਹੜੇ ਜਿਹਨੂੰ ਕਹਿੰਦੇ ਨਾ ਗਰੀਬ ਲੋਕ ਮਾਇਆਧਾਰੀ, ਅਤੇ ਉਹਨਾਂ ਦੀ ਚੀਜ਼ ਕਰੇ, ਉਹਨਾਂ ਨੇ ਤੀ ਤੂੰ ਕੀਮਤ ਪਾਉਣਾ। ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ, ਕਹਿੰਦੇ ਮੇਰੇ ਅਕਾਲ ਪੁਰਖ ਪਿਤਾ ਗੋਬਿੰਦ, ਤੇਰੀ ਕੁਦਰਤ, ਤੇਰੇ ਜਿਹੜੀ ਕੁਦਰਤ ਹੈਗੀ, ਦੋ ਹੈਗੀਆਂ, ਇੱਕ ਤਾਂ ਹੈਗੀ ਜਿਹੜੀ ਆਪਾਂ ਦੋ ਅੱਖਾਂ ਨਾਲ ਦੇਖੀ ਦੀ, ਇਹ ਹੈਗੀ ਬ੍ਰਹਮਾ ਦੀ ਕੁਦਰਤ। ਪਾਰ ਬ੍ਰਹਮ ਦੀ ਕੁਦਰਤ ਜਿਹੜੀ ਹੈਗੀ ਉਹ ਹੈਗੀ ਰੂਹਾਨੀ, ਉਹ ਜਿਹੜੀ ਜਿਹੜੇ ਉਹਦੇ ਭਗਤ ਹੈਗੇ ਉਹ ਖੂਬਸੂਰਤ ਹੈਗੇ ਨੇ। ਉਹ ਕਹਿੰਦੇ ਵੀ ਤੇਰੇ ਕੁਦਰਤ ਕੋ ਕੁਰਬਾਨ, ਮੈਂ ਕੁਰਬਾਨ ਵਾਹ ਕੁਰਬਾਨ ਜਾਵਾਂ ਰਹਾਓ, ਜੈਸਾ ਬਾਲਕ ਭਾਏ ਸੁਭਾਏ, ਲੱਖ ਅਪਰਾਧ ਕਮਾਵੇ, ਜਿਸ ਤਰ੍ਹਾਂ ਇੱਕ ਬੱਚਾ ਨਾ ਉਹ ਸੁਭਾਏ ਸੁਭਾਈ, ਉਹ ਆਪਣੀ ਬੱਚਾ ਹੁੰਦਾ ਗਲਤੀਆਂ ਕਰਦਾ ਨਾ, ਜਿੰਨਾ ਉਹਦਾ ਸੁਭਾਅ ਹੈਗਾ ਉਸ ਦੇ ਮੁਤਾਬਿਕ ਉਹ ਲੱਖ ਉਹ ਗਲਤੀਆਂ ਕਰਦਾ ਹੈਗਾ। ਅਤੇ ਕਰ ਉਪਦੇਸ਼ ਜੜਕੇ ਬਹੁ ਜਫਾਤੀ, ਬਹੁੜ ਪਿਤਾ ਗੱਲ ਲਾਵੇ, ਪਰ ਤੂੰ ਉਹਨਾਂ ਨੂੰ ਛੱਡਦਾ ਨਹੀਂ ਹੈਗਾ, ਤੂੰ ਉਹਨਾਂ ਨੂੰ ਝਿੜਕਦਾ ਹੈਗਾ। ਉਪਦੇਸ਼ ਜਿਹੜਾ ਹੈਗਾ ਇਹ ਹਰਿਮੰਦਰ ਹੈਗਾ ਨਾ, ਇਹ ਹਰ ਅੰਦਰ ਹੈਗਾ, ਇਹਦੇ ਅੰਦਰ ਬਾਹਰ ਨਹੀਂ ਹੈਗਾ ਹਰ। ਜਦੋਂ ਤੁਸੀਂ ਕਿਸੇ ਲਈ ਬੇਈਮਾਨੀ ਕਰਦੇ ਹਾਂ, ਕਿਸੇ ਨੂੰ ਲੁੱਟਦੇ ਹਾਂ, ਤੁਹਾਨੂੰ ਅੰਦਰੋਂ ਆਵਾਜ਼ ਆਉਂਦੀ ਹੈ ਇਹ ਗਲਤ ਕਰ ਰਿਹਾ ਤੂੰ। ਪਰ ਮਾਇਆਧਾਰੀ ਜਿਹੜਾ ਉਹ ਕਹਿੰਦਾ ਮੈਂ ਠੀਕ ਕਰ ਰਿਹਾ ਹੈਗਾ, ਤੂੰ ਜਾ ਦੌੜ, ਉਹ ਤੋਂ ਫਿਰ ਹਰ ਜਿਹੜਾ ਚਲੇ ਜਾਂਦਾ ਹੈਗਾ, ਫਿਰ ਉਹ ਗਲਤੀਆਂ ਕਰੀ ਜਾਂਦਾ ਤੇ ਕਰੀ ਜਾਵੇ, ਫਿਰ ਉਹ ਉਪਦੇਸ਼ ਦਿੰਦਾ ਰਹਿੰਦਾ ਹੈਗਾ। ਜਿੱਦਾਂ ਕਿ ਉਹਨੂੰ ਸੀਗਾ ਨਾ ਸੱਜਣ ਠੱਗ, ਸੱਜਣ ਠੱਗ ਉਹਦੇ ਅੰਦਰ ਜਿਹੜੀ ਜ਼ਮੀਰ ਸੀਗੀ ਉਹ ਮਾਰਦੀ ਸੀ ਉਹਨੂੰ ਵੀ ਤੂੰ ਇਹ ਗਲਤ ਕਰ ਰਿਹਾ ਕੰਮ, ਔਰ ਕਰੀ ਜਾਂਦਾ ਸੀ ਮਾਇਆ 'ਚ, ਮਾਇਆ ਦੇ ਲੋਭ ਵਿੱਚ।
ਤੇ ਬਣਾਈ ਜਾਂਦਾ ਸੀ ਆਪਣੇ ਹੋਮੇ 'ਚ ਨਾ, ਹੋਮੇ 'ਚ ਸੀਗਾ ਉਹ ਆਪਣੇ, ਉਹ ਜਿਹੜੇ ਪੈਸੇ ਲੁੱਟਣੇ ਉਹਨਾਂ ਦੀ ਇਮਾਰਤ ਬਣਾ ਦੇਣੀ, ਅਤੇ ਬਹੁਤ ਮਹੱਲ ਬਣਾ ਕੇ ਬੜਾ ਖੁਸ਼ ਸੀਗਾ ਵੀ ਮੇਰੀ ਐਡੀ ਵੱਡੀ ਹੈਗੀ, ਅਤੇ ਹੁਣ ਇਹਦੇ 'ਚ ਲੋਕ ਹੋਰ ਫਸਣਗੇ ਅਤੇ ਹੋਰ ਮਾਇਆ ਬਣੇਗੀ। ਉਹ ਮਨਮੁੱਖ ਨਹੀਂ ਸੀਗਾ, ਉਹ ਸੀਗਾ ਬੇਮੁੱਖ ਮੂਰਖ, ਜਿਹੜਾ ਕਿ ਵੱਡੇ ਵੱਡੇ ਮਕਾਨ ਬਕਾ ਕੇ ਅਤੇ ਬਣਾਉਂਦਾ ਸੀ ਲੋਕਾਂ ਨੂੰ ਮਾਰ ਕੇ। ਪਰ ਜਦੋਂ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਜੀ ਨੇ ਉਹਨੂੰ ਉਪਦੇਸ਼ ਦਿੱਤਾ ਵੀ ਜਿਹੜਾ ਤੂੰ ਨੌਂ ਆਪਣਾ ਤੂੰ ਸੱਜਣ ਲਿਖਿਆ ਕਰਾਉਂਦਾ ਅਤੇ ਕੰਮ ਕਰਦਾ ਤੂੰ ਆਪਣੇ ਠੱਗਾਂ ਲਈ, ਅਤੇ ਜਦੋਂ ਉਹਨੂੰ ਉਪਦੇਸ਼ ਦਿੱਤਾ ਉਹਦੇ ਪੈ ਗਈ ਪੱਲੇ, ਜਦੋਂ ਪੱਲੇ ਪੈ ਗਏ ਤਾਂ ਉਹਨੇ ਫਿਰ ਉਹ ਸਿੱਧਾ ਹੋ ਕੇ ਤਾਂ ਫਿਰ ਚੱਲਣ ਲੱਗ ਪਿਆ ਆਪਣੇ ਸਤਿਗੁਰੂ ਦੇ ਬਾਣੇ, ਅਤੇ ਉਹ ਫਿਰ ਮਾਫ਼ੀ ਕਮਾ ਗਿਆ। ਜਿਹੜਾ ਮੂਰਖ ਹੁੰਦਾ ਹੈਗਾ ਉਹ ਸਿੱਧੇ ਰਾਹ ਪੈ ਜਾਂਦਾ ਹੈਗਾ, ਪਰ ਜਿਹੜਾ ਮਨਮੁੱਖ ਹੁੰਦਾ ਉਹ ਕੁੱਤੇ ਦੀ ਪੂਛ ਹੋਣ ਕਰਕੇ ਉਹ ਨਹੀਂ ਕਿਸੇ ਨੂੰ ਜਾਣਦਾ, ਉਹ ਮਰਦਿਆਂ ਤੱਕ ਜਾਂਦਾ ਮਨਮੁੱਖ ਦੀ, ਜਿੱਦਾਂ ਪ੍ਰਿਥੀ ਚੰਦ ਸੀਗਾ ਮਨਮੁੱਖ, ਉਹ ਨਹੀਂ ਉਹਨੂੰ ਕੋਈ ਨਹੀਂ ਹੁੰਦੀ, ਉਹ ਨਹੀਂ ਗਲਤੀ ਮੰਨਦਾ ਆਪਣੀ, ਮੂਰਖ ਮੰਨ ਜਾਂਦੇ। ਮੂਰਖਤਾਈ 'ਚ ਕਈ ਵਾਰੀ ਗਲਤੀਆਂ ਕਰੀ ਦੀਆਂ ਨੇ, ਪਰ ਜਦੋਂ ਉਹਨੂੰ ਉਪਦੇਸ਼ ਉਹਦੇ ਲੱਗ ਜਾਏ ਫਿਰ ਉਹ ਸਿੱਧੇ ਰਾਹ ਪੈ ਜਾਂਦਾ ਹੈਗਾ। ਕਰ ਉਪਦੇਸ਼ ਝਿੜਕੇ, ਉਪਦੇਸ਼ ਦੇਖ ਦੇਖ ਕੇ ਅੰਦਰ ਹੀ ਉਪਦੇਸ਼ ਦਿੰਦਾ, ਉਹ ਝਿੜਕਦਾ ਹੈਗਾ ਵੀ ਆਹ ਗਲਤ ਕਰ ਰਿਹਾ ਤੂੰ। ਝਿੜਕੇ ਬਹੁਤ ਪਾਤੀ ਬਹੁਤ ਪਿਤਾ ਗੱਲ ਲਾਏ, ਬਹੁਤ ਤਰੀਕਿਆਂ ਨਾਲ ਉਹ ਝਗੜਦਾ ਵੀ ਤੂੰ ਟ੍ਰੀਟ ਅਦਰ ਐਜ ਯੂ ਵਿਸ਼ ਟੂ ਬੀ ਟ੍ਰੀਟਿਡ। ਅਤੇ ਜਦੋਂ ਉਹਦੇ ਫਿਰ ਵੀ ਉਹ ਗਲੇ ਲਾਉਂਦਾ ਗਿਆ, ਜਦੋਂ ਆਦਮੀ ਸਿੱਧੇ ਰਾਹ ਪੈ ਜਾਂਦਾ, ਸੱਜਣ ਠੱਗ ਪੈ ਗਿਆ ਸੀਗਾ। ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ। ਪਿਛਲੇ ਜਿਹੜੇ ਹੁੰਦੇ ਨਾ ਔਗਣ, ਜਿੱਦਾਂ ਸੱਜਣ ਠੱਗ ਨੇ ਕਿੰਨਿਆਂ ਨੇ ਮਾਰੇ ਸੀਗੇ ਲੋਕ, ਉਹ ਸਾਰੇ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ। ਫਿਰ ਅੱਗੇ ਉਹ ਤੁਹਾਨੂੰ ਸਿੱਧੇ ਰਾਹ ਪਾਉਂਦਾ ਹੈ ਵੀ ਹੁਣ ਸਿੱਧਾ ਰਾਹ ਤੁਰ, ਜਿੱਦਾਂ ਸੱਜਣ ਠੱਗ ਤੁਰ ਪਿਆ ਸੀ ਫਿਰ ਸੇਵਾ ਕਰਦਾ ਸੀਗਾ। ਹਰ ਅੰਤਰਜਾਮੀ ਸਭ ਵਿਧ ਜਾਣੇ, ਹਰ ਅੰਤਰਜਾਮੀ, ਹਰ ਜਿਹੜਾ ਅੰਦਰ ਹੈਗਾ, ਇਹ ਹਰਿਮੰਦਰ ਹੈਗਾ ਨਾ, ਅਤੇ ਹਰ ਅੰਦਰ ਹੀ ਹੋਣਾ। ਜਿਹੜਾ ਮਨਮੁੱਖ ਹੁੰਦਾ ਉਹ ਹਰ ਦੂਰ ਜਾਣਦਾ ਹੈਗਾ ਕਿ ਉਹਦੇ ਹਰ ਕਹਿੰਦਾ ਵੀ ਇਹ ਗਲਤ ਕਰ ਰਿਹਾ, ਉਹ ਨਹੀਂ ਨਹੀਂ ਲੁੱਟ ਲੈਣ ਦੇ, ਬੇਈਮਾਨੀ ਦਾ ਮਾਲ ਖਾਣਾ ਹੈਗਾ, ਉਹਦੇ ਲਈ ਹਰ ਦੂਰ ਹੁੰਦਾ ਹੈਗਾ, ਉਹਦਾ ਨਹੀਂ ਉਪਦੇਸ਼ ਹੁੰਦਾ। ਹਰ ਅੰਤਰ ਜਾਮੇ ਸਭ ਵਿਦ ਜਾਣੇ, ਉਹ ਸਾਰੀਆਂ ਤੇਰੀਆਂ ਜਾਣਦਾ ਵੀ ਤੂੰ ਕੀ ਚਲਾਕੀਆਂ ਹੈਗੀਆਂ ਤੇਰੀਆਂ, ਤਾਂ ਕਿਸ ਪੇ ਆਖ ਸੁਣਾਈਏ, ਤਾਂ ਦੱਸੋ ਵੀ ਕਿਹਦੇ ਮੋੜੇ ਅਰਦਾਸ ਕਰੋਗੇ ਤੁਸੀਂ। ਯਾਨੀ ਕਿ ਸਿੱਖਾਂ 'ਚ ਅਰਦਾਸ ਜਿਹੜੀ ਇਹ ਗਲਤ ਹੈਗੀ, ਕਿਉਂ ਉਹ ਸਾਰੇ ਅੰਦਰ ਜਾਣਦਾ ਹੈਗਾ। ਜੇ ਕੰਮ ਸਿੱਧੇ ਕਰੋਗੇ ਤਾਂ ਤੁਹਾਨੂੰ ਕਰਨ ਦੀ ਲੋੜ ਹੀ ਨਹੀਂ ਹੈਗੀ, ਅਤੇ ਜੇ ਤੁਸੀਂ ਉਲਟੇ ਕਰਨੇ ਤਾਂ ਫਿਰ ਅਰਦਾਸਾਂ ਦਾ ਕੀ ਫਾਇਦਾ। ਕਹਿਣੇ ਕਥਨ ਨਾ ਬੀਜੇ ਗੋਬਿੰਦ, ਕਹਿਣੇ ਕਥਨ, ਕਹਿੰਦਾ ਵੀ ਗੱਲਾਂ ਨਾਲ ਨਹੀਂ ਉਹ ਖੁਸ਼ ਹੁੰਦਾ ਗੋਬਿੰਦ। ਹਰ ਪਾਵੇ ਪੈਜ ਰਖਾਈਏ, ਰਖਵਾਈਏ ਰਖਾਈਏ,
ਉਹ ਗੱਲਾਂ ਨਾਲ ਹੀ ਖੁਸ਼ ਹੁੰਦਾ, ਪਰ ਜਦੋਂ ਹਰ ਜਿਹਨੂੰ ਪਸੰਦ ਆਵੇ ਜਿਹੜਾ ਉਹਦਾ ਕੰਮ ਕਰਦਾ ਹੈਗਾ, ਯਾਨੀ ਕਿ ਬੇਈਮਾਨੀ ਨਹੀਂ ਕਰਦਾ ਹੈਗਾ ਦਿਲ ਨਾਲ, ਉਹ ਦਿਲ ਦੇ ਜਿਹੜਾ ਸਤਿਗੁਰੂ ਅੰਦਰ ਬੈਠਾ ਹੈਗਾ ਉਹਦੇ ਮੁਤਾਬਿਕ ਚੱਲਦਾ ਹੈਗਾ, ਤਦ ਉਹਨੂੰ ਜਦੋਂ ਪਾਉਂਦਾ ਹੈਗਾ ਤਦ ਉਹ ਤੁਹਾਡੇ ਔਰ ਰਖਾਈਏ ਫਿਰ ਉਹ ਤੁਹਾਡੀ ਪਹਿਜ ਰੱਖਦਾ ਹੈਗਾ, ਇੱਜ਼ਤ ਰੱਖਦਾ ਹੈਗਾ। ਅਬਰ ਓਟ ਮੈਂ ਸ਼ਗਲ ਦੇਖੀ, ਕਿਤੇ ਮੈਂ ਸਾਰੀਆਂ ਹੋਰ ਦੇਖੀਆਂ ਇਨਸਾਨਾਂ ਦੀਆਂ ਓਟਾਂ, ਕਿ ਜਿੰਦਾ ਹੁੰਦਾ ਨਾ ਵੀ ਉਹ ਫਲਾਨੇ ਦੀ ਰਿਸ਼ਵਤ ਲਈ ਅਤੇ ਉਹਨੂੰ ਜੀ ਸੱਚ ਉਹਦੀ ਉਹਦੇ ਤੋਂ ਕਹਾਓ ਜੀ, ਉਹਦੇ ਤੋਂ ਕਹਾਓ ਜਾਣੀ ਮੇਰਾ ਕੰਮ ਸਿੱਧਾ ਹੋ ਜਾਏ, ਉਹ ਸਾਰੀਆਂ ਜਿਹੜੀਆਂ ਹੁੰਦੀਆਂ ਉਹ ਨਹੀਂ ਕਿਸੇ ਕੰਮ ਆਉਂਦੀਆਂ। ਅਵਰ ਓਟ ਮੈਂ ਸਗਲੀ ਦੇਖੀ, ਇੱਕ ਤੇਰੀ ਓਟ ਰਹਾਈ ਰਹਾਈਏ, ਇੱਕ ਤੇਰੀ ਓਟ ਜਿਹੜੀ ਉਹੀ ਪੱਕੀ ਹੈਗੀ, ਬਾਕੀ ਸਭ ਕੱਚੀਆਂ ਹੈਗੀਆਂ ਨੇ। ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ, ਕਹਿੰਦੇ ਵੀ ਹੋਏ ਦਿਆਲ ਜਦੋਂ ਉਹ ਕਿਰਪਾ ਕਿਰਕਿਰਪਾ ਕਰਕੇ ਬਾਈ ਦੀ ਗ੍ਰੇਸ, ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੇ ਬੇਨਤੀ। ਜਦੋਂ ਉਹ ਹੋ ਜਾਂਦਾ ਆਪਣੇ ਦਿਆਲ ਹੋ ਜਾਂਦਾ ਤੁਹਾਡੇ ਅੰਦਰੋਂ ਬੇਨਤੀ ਆਪੇ ਸੁਣ ਲੈਂਦਾ ਹੈਗਾ, ਤੁਹਾਨੂੰ ਬੋਲਣ ਦੀ ਲੋੜ ਹੀ ਨਹੀਂ ਹੈਗੀ। ਪੂਰਾ ਸਤਿਗੁਰੂ ਮੇਲ ਮਿਲਾਵੇ, ਹਾਂ ਫਿਰ ਬੇਨਤੀ ਕੀ ਹੁੰਦੀ ਹੈ, ਪੂਰਾ ਸਤਿਗੁਰੂ, ਪੂਰਾ ਸਤਿਗੁਰੂ ਹੋਣਾ ਇਹ ਹਰਿਮੰਦਰ ਹੈਗਾ, ਇਹ ਜਿਹੜਾ ਸਤਿਗੁਰੂ ਹੁੰਦਾ ਦਿਲ ਵਿੱਚ ਬੈਠਾ ਹੈ, ਹਰਿਮੰਦਰ ਦਾ ਪੁਜਾਰੀ ਜਿਹੜਾ ਨਾ ਉਹ ਸਤਿਗੁਰੂ ਹੈਗਾ, ਉਹ ਤੁਹਾਨੂੰ ਪੁਜਾਰੀ ਉਹ ਦੇ ਦਿੰਦਾ ਹੈਗਾ। ਪੂਰਾ ਸਤਿਗੁਰੂ ਮੇਲ ਮਿਲਾਵੇ, ਸਭ ਚੁੱਕੇ ਮਨ ਕੀ ਚਿੰਤੀ ਚਿੰਤੀ, ਜਿਹੜਾ ਮਨ ਨੂੰ ਹੁੰਦਾ ਨਾ ਵੀ ਹੁਣ ਪਤਾ ਨਹੀਂ ਕੀ ਹੋ ਸੀ, ਆਹ ਮੈਂ ਕਰਦਾ ਉਹ ਕਰਦਾ, ਉਹ ਸਾਰੇ ਮਿਟ ਜਾਂਦੇ ਨੇ। ਹਰ ਹਰ ਨਾਮ ਔਖਦ ਮੁਖ ਪਾਇਆ ਜਾਂ ਨਾਨਕ ਸੁਖ ਬਸੰਤੀ, ਹਰ 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 ਦਾ ਨਾਮ ਜਿਹੜਾ ਨਾ ਉਹ ਜਿਹੜੀ ਦਵਾਈ ਤੁਹਾਨੂੰ ਤੰਦਰੁਸਤ ਕਰਨ ਲਈ ਉਹਨੇ ਮੂੰਹ 'ਚ ਪਾ ਦਿੱਤੀ ਤੁਹਾਡੇ, ਯਾਨੀ ਕਿ ਜਦੋਂ ਸਤਿਗੁਰੂ ਅੰਦਰ ਹੋਵੇ ਨਾ ਤੁਸੀਂ ਫਿਰ ਉਹਦੇ ਸਪੋਕਸਮੈਨ ਬਣ ਜਾਂਦੇ, ਉਹਦਾ ਪ੍ਰਚਾਰ ਕਰਦੇ ਹੈਗੇ ਆ। ਪਾਇਆ ਜਨ ਨਾਨਕ ਸੁਖ ਬਸੰਤੀ, ਫਿਰ ਆਦਮੀ ਉਹਦੇ ਗੀਤ ਗਾ ਕੇ ਅਕਾਲ ਪੁਰਖ ਦੇ ਅਤੇ ਤੁਸੀਂ ਸੁਖੀ ਵਿੱਚ ਵੱਸਦੇ ਹੈਗੇ, ਸੁਖ ਸੁਖੀ ਸ਼ਾਂਤੀ ਨਾਲ ਵੱਸਦੇ ਹੈਗੇ। ਇਹ ਹੈਗੀ ਇਹਦੀ ਵਿਆਖਿਆ, ਬਾਕੀ ਹੈਗੀ ਵਿਆਖਿਆ ਜਿਹੜੀ ਨਾ ਆਹਮਣੇ ਸਾਹਮਣੇ ਬਹਿ ਕੇ ਦੋ ਚਾਰ ਆਦਮੀ ਬੈਠੇ ਹੋਣ ਨਾ ਅਤੇ ਉਹਦੇ 'ਚ ਹੁੰਦੀ ਹੈਗੀ, ਕਿਉਂਕਿ ਇਹਦੀ ਕੋਈ ਪੰਜਾਬੀ 'ਚ ਮੈਨੂੰ ਆਉਂਦੀ ਨਹੀਂ ਹੈਗੀ, ਕਿ ਇਹਦੀ ਗਲਤੀ ਕਰ ਜਾਂਦਾ ਆਦਮੀ, ਉਹ ਫਿਰ ਦੂਸਰਾ ਦੱਸਦਾ ਵੀ ਇਹਦਾ ਮਤਲਬ ਆਹ ਹੈਗਾ, ਇਸ ਤਰ੍ਹਾਂ ਸਮਝ ਆਉਂਦੀ। ਪਰ ਇਹਦੇ 'ਚ ਸਾਰੀ ਜਿਹੜੀ ਹੈਗੀ ਦਿਲ ਦੀ ਸਫਾਈ ਹੈਗੀ, ਜੇ ਤੁਹਾਡਾ ਦਿਲ ਹੈਗਾ ਸਾਫ਼ ਨਹੀਂ ਹੈਗਾ, ਨਿਰਮਲ ਨਹੀਂ ਹੈਗਾ, ਜਾਂ ਨਹੀਂ ਕਰਨਾ ਚਾਹੁੰਦੇ, ਤਦ ਇਹ ਬਾਣੀ ਤੁਹਾਡੇ ਲਈ ਨਹੀਂ ਹੈਗੀ। ਇਹ ਬਾਣੀ ਉਹਨਾਂ ਲਈ ਹੈਗੀ ਜਿਹੜੇ ਆਪਣਾ ਦਿਲ ਧੋਣਾ ਚਾਹੁੰਦੇ ਨੇ, ਜਿੱਦਾਂ ਕੱਪੜੇ ਨੂੰ ਧੋਣ ਲਈ ਤੁਸੀਂ ਸਾਬਣ ਵਰਤਦੇ ਆ, ਪਾਣੀ ਸਾਬਣ ਜਿਸਮ ਨੂੰ ਵਰਤਦੇ ਆ ਪਾਣੀ ਸਾਬਣ, ਇਸੇ ਤਰ੍ਹਾਂ ਹੀ ਜਿਹੜਾ ਦਿਲ ਹੈਗਾ ਇਹਨੂੰ ਪਾਣੀ ਸਾਬਣ ਨਹੀਂ ਲੱਗਦਾ, ਇਹਨੂੰ ਬਾਣੀ ਲੱਗਦੀ ਹੈਗੀ। ਅੱਗੇ ਤੁਹਾਡੀ ਮਰਜ਼ੀ।